सर आम मशीन नालों सानू इहदे बेहतरी है वे सानू ते बेहतरी चाहिदी है कि सानू मशीन अच्छी एवरेज देवे ग्रीसा ना करनिया पैन ट्राली दी एवरेज जिहड़ी है ज्यादा होवे ठीक है वो सारियां क्वालिटियां सानू मैं 21 दे विच मशीन चलाई है क्वालिटियां मैनू नजर आईयां ने बाद च असीं दो मशीनां चलाईयां ने ते सारियां क्वालिटियां जिहड़ियां ने ना मैनू इस मशीन च नजर आईयां ने इस तों बाद मैं 2023 दे विच फिर मशीन बुक कराई है इस दफा ठीक है जी क्योंकि मैनू क्वालिटी रेज 12-13 मिनटां दे विच ट्राली भर देंदी है और ट्रैक्टर नू बिल्कुल तंग नहीं होण देंदी जिमीदार नू ते चाहीदी है क्वालिटी दे सहूलत हां जी जिमीदार जी ओनू मशीन नू अच्छी गिणदा है मशीन उस नू अच्छी गिणदा है भावे जिहदी मर्जी होवे हाफजाबाद दी होवे मुल्तान दी होवे सुल्तान दी होवे जिहड़ी एवरेज देवे जिमीदार एवरेज अच्छी देवे तेल दा खर्चा घट होवे ट्रैक्टर सौखा चले साडे ड्राइवर कई दफा जिहड़े ने ग्रीस देनी नहीं भुल जांदे ने ओह बैरंग टुट जांदे ने लेकिन मैं 2-3 सीजन हो गए ने असीं ग्रीस नहीं कदी कीती ना बैरंग दा कोई यानी इहनां रौला ही मकाता ग्रीस वाला कोई बैरंग दा इशू नहीं है मालकां नू हुंदा है कि ड्राइवर जिहड़े ओह ग्रीसा नहीं करदे लापरवाही करदे फिर नुकसान हो जांदा है इहनां ने ओह वी शॉर्टकट काम कर दित्ता अस्सलाम वालेकुम जी वालेकुम सलाम अच्छा भाई की नाम अपना जी जी मेरा नाम मास्टर सैफुल्ला विरक कितों आए हो केड़ा इलाका अपना 48 विरका अच्छा आज आपा खलोते हैं जी नशौरा विरका अलकासम एग्रो इंजीनियरिंग ते इथे जी इना दी चापर मशीन अपने कोल ते ही मॉडल है जी जी ते ए दसो कि चापर मशीन जेड़ी तुसी आज इना को लेन आए हो इना दी मशीन आम मार्केट नालों की इना दा बेहतर है सर मैं 2021 च इन्हां कोलों मशीन लई है उस तो बाद 22 दे विच दो मशीनां लईयां सर 23 दे विच फिर मैं बुक कराई इन्हां कोलों मशीन नहीं हर साल लैंदे हो जां अगली सेल कर दिंदे की वजह हर साल पिछली भी है ने अग्गे उस तो बाद नवी लैने असीं अच्छा यानी कि वधाया काम हां जी वधाया काम ठीक है इहदा इह मकसद भी हो सकदा ना भी हर साल नवी लैंदे हो यानी कि ਪਿਛਲੀ ਮਸ਼ੀਨ ਜਿਹੜੀ ਖਰਾਬ ਕਰਦੀ ਹੈ ਤੇ ਨਹੀਂ ਕਰਦੀ ਨਹੀਂ ਨਹੀਂ ਸਾਰੇ ਅਸੀਂ ਪਿਛਲੀ ਮਸ਼ੀਨਾਂ ਵੀ ਸਾਡੇ ਕੋਲ ਨੇ ਸਹੀ ਇਸ ਤੋਂ ਬਾਅਦ ਅਸੀਂ ਸਾਨੂੰ ਸ਼ੌਕ ਹੈ ਨਈ ਮਸ਼ੀਨ ਲੈਣ ਦਾ ਠੀਕ ਹੈ ਜੀ ਔਰ ਇਹਨਾਂ ਦੀ ਮਸ਼ੀਨ ਜਿਹੜੀ ਹੈ ਨਾ ਸਾਨੂੰ ਚਲਾਉਣ ਦਾ ਬੜਾ ਮਜ਼ਾ ਆਉਂਦਾ ਹੈ ਅੱਛਾ ਜੀ ਇਹਨਾਂ ਨੇ ਹਰ ਚੀਜ਼ ਦੀ ਕੁਆਲਿਟੀ 'ਚ ਕੋਈ ਕੰਪਰੋਮਾਈਜ਼ ਨਹੀਂ ਕਰਦਾ ਅੱਛਾ ਇਹਦੇ 'ਚ ਜੋ ਬਿਹਤਰੀ ਹੈ ਨਾ ਤੁਸੀਂ ਦੂਸਰੀਆਂ ਚਾਪਰਾਂ ਵੀ ਜਿਹੜੀਆਂ ਨੇ ਉਹ ਦੇਖੀਆਂ ਨੇ ਬਿਹਤਰੀ ਕੀ ਹੈ ਇਹਨਾਂ ਦੇ ਵਿੱਚ ਸਭ ਤੋਂ ਪਹਿਲੇ ਤੇ ਮਟੀਰੀਅਲ ਦੀ ਬਿਹਤਰੀ ਹੈ ਦੂਸਰੀਆਂ ਮਸ਼ੀਨਾਂ ਨਾਲੋਂ ਮਟੀਰੀਅਲ ਬਹੁਤ ਅੱਛਾ ਹੈ ਦੂਸਰੇ ਨੰਬਰ ਤੇ ਸਫਾਈ ਬਹੁਤ ਅੱਛੀ ਹੈ ਇਹਨਾਂ ਦੀ ਇਹਨਾਂ ਦਾ ਕਲਰ ਜਿਹੜਾ ਉਹ ਪੇਂਟ ਬਹੁਤ ਅੱਛਾ ਹੈ ਦੂਸਰੀ ਮਸ਼ੀਨ ਦਾ ਪੇਂਟ ਇੱਕ ਸੀਜ਼ਨ ਤੋਂ ਬਾਅਦ ਜਿਹੜਾ ਉਤਰ ਜਾਂਦਾ ਹੈ ਠੀਕ ਹੈ ਜੀ ਇਹਨਾਂ ਦਾ ਪੇਂਟ ਨਹੀਂ ਉਤਰਦਾ ਭਾਵੇਂ ਜੋ ਮਰਜ਼ੀ ਚੀਜ਼ ਕਸਾਓ ਪੈ ਇਹ ਸਿੰਗਲ ਪੀਸ ਨੂੰ ਪੇਂਟ ਕਰਕੇ ਫਿਰ ਇਹ ਫਿਟਿੰਗ ਕਰਦੇ ਆ ਆਮ ਦੇਖਿਆ ਜੀ ਫਿਟਿੰਗ ਕਰਕੇ ਬਾਅਦ ਪੇਂਟ ਕਰਦੇ ਆ ਸਰ ਇਹਨਾਂ ਦੀ ਪੇਂਟ ਦਾ ਜਿਹੜਾ ਹੈ ਨਾ ਅੰਦਾਜ਼ ਹੀ ਕੋਈ ਲੈਦਾ ਆਮ ਜਿਹੜੇ ਨੇ ਪੇਂਟ ਉਹ ਹੱਥ ਨਾਲ ਕਰਾਉਂਦੇ ਨੇ ਸਹੀ ਇਹਨਾਂ ਦੀ ਸਰ ਪੇਂਟ ਜਿਹੜਾ ਹੈ ਨਾ ਮੈਂ ਦੇਖਿਆ ਕਿ ਜੋ ਇਸ ਤਰ੍ਹਾਂ ਠੀਕਰੀ ਦੇ ਨਾਲ ਵੀ ਨਹੀਂ ਲੈਂਦਾ ਕਿਸੇ ਚੀਜ਼ ਨੂੰ ਟਕਰਾਓ ਵੀ ਕਰੋ ਦੇ ਨਹੀਂ ਪੇਂਟ ਲੈਂਦਾ ਅੱਛਾ ਪੇਂਟ ਦੀ ਗੱਲ ਹੋ ਗਈ ਹੈ ਤੇ ਇੱਕ ਵੈਸੇ ਚੀਜ਼ ਸੋਹਣੀ ਲੱਗਦੀ ਹੈ ਜੀ ਬਹੁਤ ਅਸਲ ਜ਼ਿਮੀਦਾਰ ਨੂੰ ਚਾਹੀਦੀ ਐਵਰੇਜ ਜੀ ਫਿਰ ਟਰਾਲੀ ਜਲਦੀ ਭਰੇ ਤੇ ਟਰੈਕਟਰ ਤੰਗ ਨਾ ਹੋਵੇ ਜੀ ਜੀ ਇਹਦੇ ਬਾਰੇ ਦੱਸੋ ਜੀ ਸਰ ਦੂਸਰੀ ਮਸ਼ੀਨ ਨਾਲੋਂ ਇਹਦੀ ਐਵਰੇਜ ਵੀ ਜ਼ਿਆਦਾ ਅੱਛਾ ਜੀ ਤੇ ਥੋੜਾ ਸਾ ਇਹ ਜਿਹੜੀ ਕੁਆਲਿਟੀ ਵੀ ਅੱਛੀ ਹੈ ਨਹੀਂ ਮੈਂ ਟਰਾਲੀ ਜਿਹੜੀ ਕਿੰਨੀ ਦੇਰ ਚ ਭਰ ਜਾਂਦੀ ਹੈ ਸਰ 12 ਤੋਂ 13 ਮਿੰਟਾਂ ਹੀ ਭਰ ਦਿੰਦੀ ਹੈ ਤੇ ਬਾਕੀ ਜਿਹੜਾ ਟਰੈਕਟਰ ਕਿਵੇਂ ਤੰਗ ਹੁੰਦਾ ਹੈ ਹੌਲਾ ਚੱਲਦਾ ਟਰੈਕਟਰ ਤੰਗ ਨਹੀਂ ਹੁੰਦਾ ਟਰੈਕਟਰ ਨਾਰਮਲ ਚੱਲਦਾ ਸਹੀ ਤੇ ਐਰ ਕਿਹੜਾ ਉਹਨਾਂ ਨੇ ਮਾਡਲ ਤਬਦੀਲ ਕਰ ਦਿੱਤਾ ਦੇਖੋ ਨਾ 23 ਮਾਡਲ ਹੈ ਤੇ ਜੀ ਜੀ ਬੜਾ ਖੂਬਸੂਰਤ ਅੱਗੇ ਇਹਨਾਂ ਨੇ ਕਰ ਦਿੱਤਾ ਹੈ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਚਾਪਰ ਮਸ਼ੀਨਾਂ ਦੇ ਵਿੱਚ ਮਾਡਲ ਤਬਦੀਲ ਹੁੰਦੇ ਨੇ ਔਰ ਸੋਹਣੀਆਂ ਲੱਗਦੀਆਂ ਨੇ ਜੀ ਉਹ ਤੇ ਇਸ ਤਰ੍ਹਾਂ ਦੀ ਬਣਾਉਣ ਦੇ ਨੇ ਜਿਸ ਤਰ੍ਹਾਂ ਕਾਰਾਂ ਬਣਾਉਣ ਦੇ ਨੇ ਬਿਲਕੁਲ ਕਾਰ ਨਾਲੋਂ ਵੀ ਪਿਆਰੀ ਲੱਗਦੀ ਇਹਨਾਂ ਨੇ ਕੀਤੀ ਤਬਦੀਲੀ ਸਰ ਪਿੱਛੇ ਮੈਂ ਇਹਨਾਂ ਨੂੰ ਕੰਪਲੇਨ ਕੀਤੀ ਸੀ ਵੱਟੇ ਦੀ ਹਾਂਜੀ ਉਹ ਵੱਟਾ ਸਿਸਟਮ ਮੈਂ ਦੇਖਿਆ ਹੁਣ ਤਬਦੀਲ ਹੋ ਗਿਆ ਦਿਖਾਓ ਜਿਹੜਾ ਸਿਸਟਮ ਦਿਖਾਈ ਜਾਓ ਨਾਲ ਇਹ ਵੱਟਾ ਸਿਸਟਮ ਪਹਿਲੇ ਇੱਥੇ ਲੱਗਾ ਸੀ ਸਪ੍ਰਿੰਗ ਉਹ ਗਿਰ ਜਾਂਦਾ ਸੀ ਸਹੀ ਮੈਂ ਕੰਪਲੇਨ ਕੀਤੀ ਇਹਨਾਂ ਨੇ ਉਹ ਤਬਦੀਲ ਕਰ ਦਿੱਤਾ ਚੇਂਜ ਮਾਸ਼ਾਅੱਲਾ ਯਾਨੀ ਕਿ ਹਰ ਸਾਲ ਬਿਹਤਰੀ ਆ ਰਹੀ ਹੈ ਔਰ ਡਿਜ਼ਾਈਨ ਵੀ ਖੂਬਸੂਰਤ ਹੋ ਗਿਆ ਉਸ ਤੋਂ ਇਹ ਦਫਾ ਰੀਲ ਦਾ ਇਹਨਾਂ ਨੇ ਡਿਜ਼ਾਈਨ ਜਿਹੜਾ ਉਹ ਚੇਂਜ ਕਰਤਾ ਖੂਬਸੂਰਤੀ ਕਰ ਦਿੱਤੀ ਹੈ ਅੱਛਾ ਜੀ ਚੀਜ਼ ਇਹਨਾਂ ਨੇ ਬੈਕ ਹਾਂਜੀ ਬੈਕ ਮਾਸ਼ਾਅੱਲਾ ਬਹੁਤ ਪਿਆਰੀ ਬਣਾਈ ਹੈ ਸ਼ਡਿਊਲ ਕਰ ਦਿੱਤੀ ਸਮਾਰਟ ਕਰ ਦਿੱਤੀ ਸੋਹਣਾ ਲੱਗਦਾ ਜੀ ਮਾਡਲ ਵੀ ਸੋਹਣਾ ਲੱਗਦਾ ਔਰ ਟਾਇਰ ਜਿਹੜੇ ਆ ਇਹ ਕਿਹੜੇ ਇਸਤੇਮਾਲ ਕਰਦੇ ਜੀ ਟਾਇਰ ਸਰਵਿਸ ਦੇ ਅੱਛਾ ਸਰਵਿਸ ਦੇ ਟਾਇਰ ਇਸਤੇਮਾਲ ਕਰਦੇ ਪਏ ਤੇ ਟਾਇਰ ਕਿਹੜਾ ਹੋਣਾ ਚਾਹੀਦਾ ਚਾਪਰ ਨਾਲ ਟਾਇਰ ਬਿਹਤਰੀਨ ਹੈ ਜੇ ਚੱਲਦਾ ਜੀ ਸਰਵਿਸ ਦਾ ਬਹੁਤ ਅੱਛਾ ਹੈ ਟਰੈਕਟਰ ਨਾਲ ਤਾਂ ਬਹੁਤ ਜ਼ਿਆਦਾ ਲੋਕ ਨਾ ਪਸੰਦ ਕਰਦੇ ਪਏ ਆ ਲੇਕਿਨ ਚਾਪਰ ਵਾਸਤੇ ਵੀ ਚਾਪਰ ਵਾਸਤੇ ਜਿਹੜਾ ਇਹ ਟਾਇਰ ਹੈ ਨਾਇਲੋਨ ਦਾ ਜੀ ਬਿਹਤਰੀਨ ਕੁਆਲਿਟੀ ਅੱਛੀ ਹੈ ਠੀਕ ਹੋ ਗਿਆ ਜੀ ਬਾਕੀ ਡਿਜ਼ਾਈਨ ਸਰ ਇਹਨਾਂ ਦੀ ਮਸ਼ੀਨ ਦੀ ਇੱਕ ਹੋਰ ਕੁਆਲਿਟੀ ਹੈ ਹਾਂਜੀ ਇਹਨਾਂ ਨੇ ਪੂਰਾ ਸੀਜ਼ਨ ਗਰੀਸ ਨਹੀਂ ਦੇਣੀ ਪੈਂਦੀ ਅੱਛਾ ਜੀ ਇੱਕ ਦਫਾ ਗਰੀਸ ਭਰ ਦਿੰਦੇ ਨੇ ਸਹੀ ਪੂਰਾ ਸੀਜ਼ਨ ਗਰੀਸ ਨਹੀਂ ਦੇਣੀ ਪੈਂਦੀ ਅੱਛਾ ਜੀ ਇਹ ਵੀ ਇੱਕ ਮਸ਼ੀਨਾਂ ਨੂੰ ਹੱਥ ਭਰਨੇ ਪੈਂਦੇ ਨੇ ਗਰੀਸ ਦੇਣੀ ਪੈਂਦੀ ਇਹਨਾਂ ਦੀ ਇੱਕ ਕੁਆਲਿਟੀ ਇਹ ਵੇ ਕਿ ਇੱਕ ਦਫਾ ਹੀ ਗਰੀਸ ਤੇ ਬਾਕੀ ਮਾਸ਼ਾਅੱਲਾ ਜੀ ਮਸ਼ੀਨ ਇਹਨਾਂ ਦੀ ਅੱਛੀ ਹੈ ਤੇ ਅਗਰ ਕੋਈ ਭਾਈ ਦੇਖਣਾ ਚਾਹੇ ਆ ਕੇ ਦੇਖੇ ਤੇ ਫਿਰ ਪਤਾ ਲੱਗਦਾ ਜੀ ਕਿ ਇਹਦਾ ਮਿਆਰ ਕਿਸ ਤਰ੍ਹਾਂ ਦਾ ਔਰ ਮਸ਼ੀਨ ਕਿਸ ਤਰ੍ਹਾਂ ਦੀ ਹੈ ਇਸ ਸਾਈਡ ਤੇ ਸਰ ਜੀ ਇਹਨਾਂ ਨੇ ਨਾ ਇਹ ਜਿਹੜਾ
बेल्ट नूं महफूज करने वास्ते बड़ी बेहतरीन ये चीज़ लगा दी है। यह जो स्टीकर ने माशाल्लाह बहुत प्यारे इस दफा मेहनत की है, यानी कि चीज़ खूबसूरत लग रही है। खूबसूरत लग रही है, पहले तो भी थोड़ी जी चेंजिंग हुई है। ये जो है ना रील रील स्मार्ट बहुत प्यारी लगती है। ठीक हो गया जी। बाकी जरा कि डिजाइन और कलर कलर बड़ा जबरदस्त है जी। कलर इसका बहुत प्यारा है, दूरों में नजर आती है चीज़, यानी कि और सोहना लगता है जी। ठीक है जी, माशाल्लाह बड़ा खूबसूरत डिज़ाइन है, 2023 मॉडल है जी। बाकी दोस्तों वीडियो अच्छी लगे लाइक शेयर जरूर करो। वीडियो देखने का शुक्रिया। अल्लाह हाफिज़।